ਪਿੰਡ ਅਫਰਾ ਦੀ ਚਿਰਾਂ ਤੋਂ ਚਲਦੀ ਆ ਰਹੀ ਪਾਣੀ ਦੀ ਸਮੱਸਿਆ ਦਾ ਮਸਲਾ ਹੋਇਆ ਹੱਲ। ਸਥਾਨਕ ਲੋਕਾਂ ਨੇ ਦੱਸਿਆ ਕਿ ਪੀਣ ਦੇ ਪਾਣੀ ਦੀ ਸਮੱਸਿਆ ਸਾਨੂੰ ਕਾਫੀ ਸਾਲਾਂ ਤੋਂ ਆ ਰਹੀ ਸੀ। ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਆਪਣੀ ਸਮੱਸਿਆ ਮਾਨ ਸਰਕਾਰ ਤੱਕ ਪਹੁੰਚਾਈ ਤਾਂ ਉਹਨਾਂ ਨੇ ਸਾਨੂੰ ਇਸ ਸਮੱਸਿਆ ਦਾ ਜਲਦ ਹੀ ਹੱਲ ਕਰਨ ਨੂੰ ਕਿਹਾ ਤੇ ਅੱਜ ਉਹ ਸਮਾਂ ਆ ਗਿਆ ਹੈ ਜਿਸ ਦਿਨ ਸਾਡੀ ਇਹ ਸਮੱਸਿਆ ਦੂਰ ਹੋ ਚੁੱਕੀ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ। ਦੇਸ਼ ਵਿਦੇਸ਼ ਦੀਆਂ ਤਾਜ਼ਾ ਅਤੇ ਨਵੀਆਂ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਮੈਂ ਸਾਰਾ ਧੰਨਵਾਦ ਕਰਦਾ ਇੰਨੀ ਧੁੱਪ ਦੇ ਵਿੱਚ ਸਾਰੇ ਵਲੰਟੀਅਰ ਜਿੰਨੇ ਇੱਥੇ ਪਹੁੰਚੇ ਹੋਏ ਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਮੂਹਰੋਂ ਤੋਂ ਜੋਧਾ ਭਾਅ ਜੀ ਇਹਨਾਂ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ। ਇਹ ਸਾਨੂੰ ਤੋਰਨ ਵਾਲੇ ਆ ਔਰ ਇਹਨਾਂ ਨੇ ਸਾਨੂੰ ਇਸ ਜੀਵ 'ਚ ਪਾਇਆ, ਇਹਨਾਂ ਨੇ ਸਾਨੂੰ ਅੱਗੇ ਪਾਰਟੀ ਦੇ ਨਾਲ ਜੋੜਿਆ। ਅਸੀਂ ਅਣਥੱਕ ਵਰਕਰਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ। ਆਪਣੇ ਦੇ ਵਿੱਚ ਇੱਕ ਪਾਣੀ ਦੀ ਪ੍ਰੋਬਲਮ ਸੀਗੀ, ਉਹਦੇ ਵਿੱਚ ਸੈਕਟਰੀ ਸਾਹਿਬ ਨੂੰ ਦੱਸਿਆ ਗਿਆ, ਬੀ ਡੀ ਓ ਸਾਹਿਬ ਨੂੰ ਦੱਸਿਆ ਗਿਆ, ਪਲੱਸ ਜੇਈ ਸਾਡੇ ਮੁਹੰਮਦ ਜੈਦ ਉਹਨਾਂ ਨੂੰ ਦੱਸਿਆ ਗਿਆ। ਉਹਨਾਂ ਨੇ ਸਾਰਿਆਂ ਨੇ ਸਾਡੀ ਗੱਲ ਸੁਣੀ ਔਰ ਇਹ ਸਾਡੇ ਸਾਰੇ ਜਿੰਨੇ ਵੀ ਕੰਮ ਕਾਰ ਸੀਗੇ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਇਹਨੂੰ ਪੂਰਾ ਕਰਨ ਦੇ ਲਈ ਸਾਡਾ ਸਹਿਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਲੋਰ ਹਲਕਾ ਇੰਚਾਰਜ ਉਹਨਾਂ ਦਾ ਮੈਂ ਬਹੁਤ ਰਣੀ ਆ, ਬਹੁਤ ਧੰਨਵਾਦ ਕਰਦਾ। ਆਲੇ ਦੁਆਲੇ ਪਿੰਡਾਂ 'ਚ ਪਹੁੰਚੇ ਹੋਏ ਸਾਡੇ ਜਿੰਨੇ ਵੀ ਸਾਡੇ ਵਲੰਟੀਅਰ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਬਿਲਕੁਲ। ਹਾਂਜੀ, ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅਪਰੇ ਦੇ ਵਿੱਚ ਕਾਫੀ ਸਮੇਂ ਤੋਂ ਰੁਕੇ ਹੋਏ ਜਿਹੜੇ ਵਿਕਾਸ ਦੇ ਕੰਮ ਸੀਗੇ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆ। ਅਪਰੇ ਵਿੱਚ ਕਾਫੀ ਸਮੇਂ ਤੋਂ ਪਾਣੀ ਦੀ ਸਮੱਸਿਆ ਲਗਾਤਾਰ ਵੱਧ ਰਹੀ ਸੀ, ਕਈ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਸੀਗਾ, ਜਿਸ ਦੇ ਨਾਲ ਤਕਰੀਬਨ ਅੱਧਾ ਅਪਰਾ ਜਿਹੜਾ ਸੀ ਉਹ ਪਾਣੀ ਤੋਂ ਵਾਂਝਾ ਸੀ। ਇਸ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਵੱਡਾ ਉਪਰਾਲਾ ਕਰਦੇ ਹੋਏ ਸਾਡੇ ਬੀ ਡੀ ਓ ਸਾਹਿਬ ਅਤੇ ਸੈਕਟਰੀ ਸਾਹਿਬ ਦੇ ਰਾਹੀਂ ਅੱਜ ਅਸੀਂ ਟੈਂਕੀ ਦਾ ਉਦਘਾਟਨ ਕਰ ਰਹੇ ਹਾਂ, ਜਿਸ ਨਾਲ ਅਪਰੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਆ ਉਹਦਾ ਹੱਲ ਕੀਤਾ ਜਾਵੇਗਾ। ਇਹ ਪੰਜਾਬ ਸਰਕਾਰ ਦੇ ਅਸੀਂ ਰਿਣੀ ਹਾਂ ਵੀ ਜਿਨ੍ਹਾਂ ਨੇ ਸਾਡੀ ਪਹਿਲੀ ਮੰਗ ਦੇ ਆਧਾਰ 'ਤੇ ਅੱਜ ਇਹ ਵੱਡਾ ਕਾਰਜ ਆਰੰਭਿਆ ਆ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਸ ਸੰਬੰਧ ਦੇ ਵਿੱਚ ਇਕੱਠੇ ਹੋਏ ਹਾਂ ਇਹ ਸਾਡੀ ਸਰਕਾਰ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈਗਾ। ਸਾਡੇ ਅਪਰਾ ਸ਼ਹਿਰ ਦੇ ਨਿਵਾਸੀਆਂ ਦੀ ਮੁਸੀਬਤ ਨੂੰ, ਮੇਨ ਪਾਣੀ ਦੀ ਜਿਹੜੀ ਮੁਸੀਬਤ ਹੁੰਦੀ ਆ ਮੁੱਖ ਹੁੰਦੀ ਆ ਜੀ, ਪਾਣੀ ਦੇ ਬਿਨਾਂ ਨਹੀਂ ਸਰਦਾ, ਅਤੇ ਇਹਨੂੰ ਮੁੱਖ ਰੱਖਦੇ ਹੋਏ ਇੱਕ ਹੋਰ ਟੈਂਕੀ ਦਾ ਉਦਘਾਟਨ ਅੱਜ ਕੀਤਾ ਗਿਆ ਆ, ਜਿਹਦੇ ਵਿੱਚ ਸਾਡੇ ਸੈਕਟਰੀ ਸਾਹਿਬ, SPM ਸਾਹਿਬ, ਜਿਹੜੀ ਜੁਮੇਵਾਲ ਜੀ ਬੈਠੇ ਨੇ ਜੀ, ਇਹਨਾਂ ਨੇ ਆਪਣਾ ਸਮਾਂ ਕੱਢਿਆ, ਅਤੇ ਸਾਡੇ ਇੰਚਾਰਜ ਸਾਹਿਬ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ ਫਲੋਰ ਤੋਂ ਜੀ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਆਪਣੇ ਏਰੀਏ ਨੂੰ ਨਿਗਰਾਨੀ ਹੇਠ ਰੱਖਦੇ ਹੋਏ ਇਹਨਾਂ ਦੀ ਸਮੱਸਿਆ ਪਾਣੀ ਦੀ ਨੂੰ ਹੱਲ ਕੀਤਾ ਆ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਡੇ ਮਾਣਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ, ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਅਪਰਾ ਪਿੰਡ ਦੀ ਜਿਹੜੀ ਪਾਣੀ ਦੀ ਸਮੱਸਿਆ ਸੀ, ਜਿਹੜਾ ਕਈ ਘਰਾਂ ਦੇ ਵਿੱਚ ਪਾਣੀ ਪਹੁੰਚ ਨਹੀਂ ਸੀ ਰਿਹਾ ਜਾਂ ਉਹਨਾਂ ਨੂੰ ਟੁੱਲੂ ਪੰਪ ਲਾਉਣੇ ਪੈਂਦੇ ਸੀ, ਉਸ ਦੇ ਕਾਰਨ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ। ਉਸ ਨੂੰ ਹੱਲ ਕਰਨ ਵਾਸਤੇ ਅੱਜ ਨਵਾਂ ਹੋਰ ਅਤੇ ਨਵੀਂ ਟੈਂਕੀ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਸਹੀ ਢੰਗ ਨਾਲ ਪਹੁੰਚ ਸਕੇ। ਇਸ ਦੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਕਰੂੰਗਾ ਵੀ ਪਿੰਡ ਵਾਸੀ ਜਾਂ ਕਈ ਘਰਾਂ ਵਾਲੇ ਜਿਹੜੇ ਨੇ ਪਾਣੀ ਦੀ ਦੁਰਵਰਤੋਂ ਵੀ ਕਰਦੇ ਨੇ, ਟੂਟੀਆਂ ਨਜਾਇਜ਼ ਚਲਾ ਕੇ ਰੱਖਦੇ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਬੇਲੋੜਾ ਪਾਣੀ ਜਿਹੜਾ ਵਾ ਉਹ
ਮਤਲਬ ਕਿ ਨਾ ਵਰਤੋਂ 'ਚ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।